ਹੈਲੋ ਫਰੈਂਡਸ, ਆਈ ਐਮ ਫਿਟਨੈਸ ਢਿੱਲੋਂ। ਬੜੇ ਚਿਰ ਤੋਂ ਮੈਨੂੰ ਰਿਕੁਐਸਟ ਆ ਰਹੀ ਸੀਗੀ ਕਿ ਟ੍ਰਾਈਸੈਪ ਦੇ ਵਰਕਆਊਟ 'ਤੇ ਵੀਡੀਓ ਕੋਈ ਨਾ ਕੋਈ ਬਣਾਓ, ਅਤੇ ਅੱਜ ਟ੍ਰਾਈਸੈਪ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਅਤੇ ਟ੍ਰਾਈਸੈਪ ਤੋਂ ਪਹਿਲਾਂ ਆਪਾਂ ਇਹਦੇ ਜਾਣ ਲਈਏ ਥੋੜ੍ਹਾ ਜਿਹਾ ਕਿ ਟ੍ਰਾਈਸੈਪ ਦੇ ਕਿੰਨੇ ਪਾਰਟ ਹੁੰਦੇ ਆ। ਟ੍ਰਾਈਸੈਪ ਦੇ 3 ਪਾਰਟ ਹੁੰਦੇ ਆ, ਠੀਕ ਆ। ਨੰਬਰ 1, ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਆਰਮ ਦਾ ਸਾਈਜ਼ ਤੁਹਾਡਾ ਡਿਸਾਈਡ ਕਰਨਾ ਵਾ, ਉਹ ਤੁਹਾਡੇ ਟ੍ਰਾਈਸੈਪ ਨੇ ਹੀ ਡਿਸਾਈਡ ਕਰਨਾ ਵਾ ਕਿ ਤੁਹਾਡੀ ਆਰਮ ਦਾ ਸਾਈਜ਼ ਬਿਗ ਗਿਆ ਜਾਂ ਛੋਟਾ ਆ। ਉਹਦੇ ਵਿੱਚ ਕੀ ਰੀਜ਼ਨ ਹੁੰਦਾ ਆ ਕਿ ਸਭ ਤੋਂ ਪਹਿਲਾਂ ਜਿਹੜਾ ਆਉਂਦਾ ਵਾ, ਸਭ ਤੋਂ ਡਾਊਨ 'ਤੇ ਹੁੰਦਾ ਵਾ ਆਰਮ ਦੇ ਸਾਈਡ 'ਤੇ, ਬਰੋਕੇ ਲੌਂਗ ਹੈਡ ਬੋਲਦੇ ਆ ਇਹਨੂੰ। ਫਿਰ ਲੈਟਰਲ ਹੈਡ ਆ ਗਿਆ, ਇਹਦੇ ਨਾਲ ਹੀ ਡਾਊਨ 'ਤੇ, ਬਿਲਕੁਲ ਲੌਂਗ ਦੇ ਡਾਊਨ 'ਤੇ। ਮੀਡੀਅਲ ਹੈਡ ਆ ਗਿਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ 3 ਹਿੱਸਿਆਂ ਦੇ ਵਿੱਚ ਇਹ ਆਪਣਾ ਪਾਰਟ ਆਫ ਵੰਡ ਹੋ ਗਏ ਆ, ਠੀਕ ਆ। ਸਭ ਤੋਂ ਥੱਲੜਾ ਹਿੱਸਾ ਜਿਹੜਾ ਆ ਆਰਮ ਦਾ, ਸਭ ਤੋਂ ਜੇ ਕਹਿ ਲਈਏ ਕੋਈ ਲੌਂਗ ਮਸਲ ਆ, ਸਭ ਤੋਂ ਵੱਡਾ ਮਸਲ ਆ, ਤੋ ਹੈਗਾ ਆ ਲੌਂਗ ਟ੍ਰਾਈਸੈਪ, ਠੀਕ ਆ। ਉਸ ਤੋਂ ਬਾਅਦ ਲੈਟਰਲ ਆ ਗਿਆ, ਫਿਰ ਮੀਡੀਅਲ ਆ ਗਿਆ। ਤੋ ਆਪਾਂ ਤੁਹਾਨੂੰ ਇਹ ਟ੍ਰੇਨ ਕਰਾਂਗੇ ਪ੍ਰੋਪਰ ਕਿੰਨੇ ਰੈਪੀਟੇਸ਼ਨ ਲਗਾਉਣੇ ਹੈਗੇ ਆ ਉਹਦੇ। ਰੈਪੀਟੇਸ਼ਨ ਕੀ ਹੈਗੇ, ਮਸਲ ਹੈਗੇ ਛੋਟੇ, ਇਹ ਰਿਕਵਰੀ ਬਹੁਤ ਜਲਦੀ ਲੈ ਲੈਂਦੇ ਆ। ਇਹਨਾਂ ਦੇ ਰੈਪੀਟੇਸ਼ਨ ਹੋਣੇ ਤੁਹਾਡੇ 6 to 8। ਜ਼ਿਆਦਾ ਰੈਪੀਟੇਸ਼ਨ ਕਰੋਗੇ ਤਾਂ ਤੁਹਾਡਾ ਸਰੀਰ ਸ਼ੈਡਡ 'ਚ ਜਾਊਗਾ, ਬਹੁਤ ਜ਼ਿਆਦਾ ਸ਼ੈਡਡ 'ਚ। ਜੇ ਜ਼ਰੂਰਤ ਹੈ ਤਾਂ ਉਸ ਤੱਕ ਲਗਾਓ, ਨਹੀਂ ਤਾਂ ਜੇ ਤੁਸੀਂ ਸਾਈਜ਼ ਨੂੰ ਗੇਨ ਕਰ ਰਹੇ ਹੋ ਤਾਂ ਰੈਪੀਟੇਸ਼ਨ 6, 7, 8 ਲਾਸਟ ਇੰਨੇ ਰੱਖੋ, ਠੀਕ ਹੈ। ਅਤੇ ਜੇ ਤੁਸੀਂ ਮੈਨੂੰ ਹੁਣ ਤੱਕ ਚੈਨਲ 'ਤੇ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਕਰ ਲਓ, ਠੀਕ ਹੈ। ਫਰੈਂਡਸ, ਸ਼ੁਰੂ ਕਰਦੇ ਹਾਂ ਅੱਜ ਦੀ ਪਹਿਲੀ ਐਕਸਰਸਾਈਜ਼। ਪਹਿਲੀ ਐਕਸਰਸਾਈਜ਼ ਕੀ ਹੈਗੀ ਆ, ਸਕਲ ਕ੍ਰਸ਼ਰ, ਠੀਕ ਹੈ। ਇੱਕ ਈਜ਼ਡ ਬਾਰ ਆ ਜਿਹਨੂੰ ਆਪਾਂ ਬਲਾਂ ਵਾਲੀ ਰੋਡ ਬੋਲਦੇ ਹਾਂ, ਉਹਦੇ ਨਾਲ ਆਪਾਂ ਸ਼ੁਰੂ ਕਰ ਰਹੇ ਹਾਂ, ਠੀਕ ਹੈ। ਓਕੇ, ਲੈਟਸ ਗੋ। ਓਕੇ ਫਰੈਂਡਸ, ਮੈਂ ਇੱਕ ਈਜ਼ਡ ਬਾਰ ਲਈ ਆ, ਆਪਣੀ ਸਟਰੈਂਥ ਦੇ ਅਕੋਰਡਿੰਗ ਵਿੱਚ ਮੈਂ ਵੇਟ ਲਿਫਟ ਕੀਤਾ ਵਾ, ਠੀਕ ਹੈ। ਇਹਦੇ ਬਿਲਕੁਲ ਮੈਂ ਕਲੋਜ਼ ਤੋਂ ਜਿਹੜੇ ਗ੍ਰਿਪ ਆ ਉੱਥੇ ਟਾਰਗੇਟ ਕਰ ਰਿਹਾ ਵਾਂ। ਸਟੇਟ ਬੈਂਚ ਆ, ਬੈਕ 'ਤੇ ਜਾ ਰਿਹਾ ਵਾਂ ਪ੍ਰੋਪਰ। ਇਹਦੇ ਵਿੱਚ ਤੁਹਾਡੀ ਜਿਹੜੀ ਆ ਆਰਮ ਬਿਲਕੁਲ ਐਕਸਟੈਂਡ ਹੋਣੀ ਚਾਹੀਦੀ ਆ। ਬੈਕ ਜਾ ਰਹੇ ਹਾਂ ਤੁਸੀਂ, ਐਲਬੋ ਜ਼ਿਆਦਾ ਨਾ ਆਊਟਸਾਈਡ ਹੋਣ ਜਾਂ ਨਾ ਹੀ ਇਨਸਾਈਡ ਹੋਣੀਆਂ ਚਾਹੀਦੀਆਂ ਵਾਂ। ਪ੍ਰੋਪਰ ਡਾਊਨ ਆਏ, ਇੱਥੇ ਤੱਕ, ਇੱਥੇ ਨਹੀਂ ਆਉਣਾ ਹੈਗਾ, ਇਹ ਰੌਂਗ ਆ। ਬਸ ਇੱਥੇ ਰਹਿਣਾ ਵਾ, ਥੋੜ੍ਹੀ ਜਿਹੀ ਆਰਮ ਜਿਹੜੀ ਆ ਬੈਕ ਸਾਈਡ ਨੂੰ ਬੈਂਡ ਕਰ ਲੈਣੀ ਆ, ਠੀਕ ਹੈ ਜੀ। ਹੁਣ ਰੈਪੀਟੇਸ਼ਨ ਕਰ ਰਹੇ ਹਾਂ ਆਪਾਂ, 1 ਢਿੱਲੋਂ ਫਿਟਨੈਸ। ਅਤੇ 2nd ਐਕਸਰਸਾਈਜ਼ ਆਪਾਂ ਲਗਾ ਰਹੇ ਹੈਗੇ ਆ ਪੁਸ਼ ਡਾਊਨ। ਕੀ ਹੈਗੇ, ਕੇਬਲ ਆ, ਕੇਬਲ ਕੋਈ ਵੀ ਕੇਬਲ ਮਸ਼ੀਨ ਹੈਗੀ ਆ ਜਾਂ ਫੰਕਸ਼ਨਲ ਮਸ਼ੀਨ ਹੈਗੀ ਆ, ਉਹਦੇ ਤੁਸੀਂ ਰੋਡ ਹੈਗੀ ਆ ਜਿਹੜੀ ਸਮਾਲ ਰੋਡ ਹੁੰਦੀ ਆ, ਜਿਹਦੇ ਵਾਸਤੇ ਆਪਾਂ ਟ੍ਰਾਈਸੈਪ ਵਾਸਤੇ ਬਾਈਸੈਪ ਵਾਸਤੇ ਯੂਜ਼ ਕਰਦੇ ਹੈਗੇ ਆ, ਠੀਕ ਹੈ। ਹੁਣ ਲੈ ਆਉਣਾ ਵਾਂ, ਇਹਦੇ ਵਿੱਚ ਕੀ ਆ, ਤੁਹਾਡੀ ਰੇਂਜ ਆਫ ਮੋਸ਼ਨ ਬਹੁਤ ਬੈਸਟ ਹੋਣੀ ਚਾਹੀਦੀ ਆ, ਉੱਪਰ ਨਾ ਜਾਵੇ, ਇੱਥੋਂ ਤੁਸੀਂ ਕੰਟਰੈਕਟ ਕਰਨਾ ਵਾਂ ਡਾਊਨ 'ਤੇ, ਠੀਕ ਹੈ। ਇਹ ਥੋੜ੍ਹੀ ਜਿਹੀ ਬੈਕ ਕਰ ਲੈਣੀ ਆ, ਰੈਪੀਟੇਸ਼ਨ ਕਰਨੀ ਆ। ਠੀਕ ਹੈ ਜੀ, 8 ਰੈਪੀਟੇਸ਼ਨ ਆਪਾਂ ਲਗਾਏ ਆ ਇਹਦੇ। ਤੁਸੀਂ ਦੇਖ ਸਕਦੇ ਹਾਂ ਕਿ ਜਿਹੜੀ ਰੇਂਜ ਆਫ ਮੋਸ਼ਨ ਸੀਗੀ ਮੇਰੀ, ਇੱਥੇ ਅਪ ਨਹੀਂ ਸੀ ਜਾ ਰਹੀ ਸੀਗੀ, ਬਿਲਕੁਲ ਇੱਥੋਂ ਡਾਊਨ 'ਤੇ ਪ੍ਰੈਸ ਕਰ ਰਿਹਾ ਵਾਂ। ਜਿੰਨਾ ਪੁਸ਼ ਕਰੋਗੇ ਉਨਾ ਤੁਹਾਡਾ, ਜਿੰਨਾ ਤੁਸੀਂ ਸਕੁਈਜ਼ ਕਰੋਗੇ ਡਾਊਨ ਤੱਕ, ਉਨਾ ਹੀ ਤੁਹਾਡਾ ਜਿਹੜਾ ਮਸਲ ਆ ਉਹ ਬੈਟਰ ਟ੍ਰੇਨ ਹੋਊਗਾ, ਅਤੇ ਉਨੀ ਹੀ ਸ਼ੇਪ ਜਿਹੜੀ ਆ ਬੈਸਟ ਆਊਗੀ। ਇਹ 2 ਐਕਸਰਸਾਈਜ਼ਾਂ ਸੀਗੀਆਂ, ਇਸ ਤੋਂ ਬਾਅਦ ਆਪਾਂ 3ਜੀ ਐਕਸਰਸਾਈਜ਼ ਲਾ ਰਹੇ ਹਾਂ, ਕਿੱਕ ਬੈਕ। ਕਿੱਕ ਬੈਕ ਕੀ ਹੈਗੀ ਆ, ਜਿਹੜਾ ਲੌਂਗ ਦੇ ਨਾਲ ਛੋਟਾ ਮਸਲ ਸੀ, ਠੀਕ ਹੈ,
ਉਹਦੇ ਨਾਲ ਲਾ ਰਹੇ ਹਾਂ, ਉਹਦਾ ਐਂਗਲ ਕੀ ਹੈਗਾ ਆ, ਡਾਊਨ 'ਤੇ ਆਪਾਂ ਥੋੜ੍ਹਾ ਐਂਗਲ ਸੈੱਟ ਕਰ ਲੈਣਾ, ਹਿੱਪ ਦੇ ਇਕੁਅਲ ਹੋ ਜਾਵੇ ਤਾਂ ਵੈਰੀ ਵੈਲ ਆ। ਵੇਟ ਆਪਣੀ ਸਟਰੈਂਥ ਦੇ ਅਕੋਰਡਿੰਗ, ਤੁਹਾਡੀ ਸਟਰੈਂਥ ਹੈਗੀ ਆ ਉਹਦੇ ਅਕੋਰਡਿੰਗ ਰੱਖੋ, ਠੀਕ ਹੈ। ਇਹਦੇ ਵਿੱਚ ਕੀ ਹੈਗਾ ਵਾ ਕਿ ਬੈਂਡ ਹੋ ਜਾਣਾ ਪੂਰਾ, ਜਿਹੜੀ ਬੈਂਡ ਓਵਰ ਵਾਲੀ ਪੋਜੀਸ਼ਨ ਆ, ਅੱਗੇ ਮੈਂ ਵੀਡੀਓ ਜ਼ਿਕਰ ਕਰ ਚੁੱਕਾ ਵਾ, ਤੁਸੀਂ ਦੇਖ ਸਕਦੇ ਹਾਂ, ਠੀਕ ਹੈ। ਐਲਬੋ ਲੋਕ ਕਰਨੀ ਆ ਬੈਕ 'ਤੇ, ਆਰਮ ਜਿਹੜੀ ਆ ਐਕਸਟੈਂਡ ਕਰਨੀ ਆ ਪ੍ਰੋਪਰ, ਆਰਮ ਇੱਦਾਂ ਨਾ ਆਵੇ, ਬਿਲਕੁਲ ਅੱਗੇ ਨਹੀਂ ਆਉਣੀ ਚਾਹੀਦੀ ਹੈਗੀ। ਸਿੰਪਲ, ਇੱਥੇ ਤੁਹਾਡੀ ਆਰਮ ਬਿਲਕੁਲ ਲੋਕ ਆ, ਇੱਥੇ ਤੁਸੀਂ ਰੈਪੀਟੇਸ਼ਨ ਲਗਾ ਰਹੇ ਹੋ। ਠੀਕ ਹੈ ਜੀ, 8 ਰੈਪੀਟੇਸ਼ਨ ਮੈਂ ਲਗਾਏ ਆ ਇਹਦੇ, ਤੁਸੀਂ ਦੇਖ ਸਕਦੇ ਹਾਂ। ਜਿਹੜੀ ਕੰਟਰੈਕਸ਼ਨ ਤੁਹਾਡੀ ਉਹ ਬਹੁਤ ਬੈਟਰ ਹੋਣੀ ਚਾਹੀਦੀ ਆ, ਉਸਦੇ ਅਕੋਰਡਿੰਗ ਹੀ ਤੁਹਾਡਾ ਜਿਹੜਾ ਮਸਲ ਆ ਉਹ ਬੈਟਰ ਹੋ ਪਾਊਗਾ, ਠੀਕ ਹੈ। ਅੱਗੇ ਮੈਂ ਰਿਪੀਟ ਕੀਤਾ ਸੀਗਾ, ਦੁਬਾਰਾ ਫਿਰ ਰਿਪੀਟ ਕਰ ਦਿੰਦਾ ਵਾਂ ਕਿ ਜਿਹੜੇ ਤਿੰਨੇ ਤੁਹਾਡੇ ਮਸਲ ਆ ਟ੍ਰੇਨ ਕੀਤੇ ਆਪਾਂ, ਲੌਂਗ ਹੈਡ, ਲੈਟਰਲ ਅਤੇ ਮੀਡੀਅਲ, ਜਿੰਨਾ ਤੁਸੀਂ ਬੈਟਰ ਟ੍ਰਾਈ ਨੂੰ ਟ੍ਰੇਨ ਕਰੋਗੇ ਉਨੀ ਹੀ ਤੁਹਾਡੀ ਆਰਮ ਜਿਹੜੀ ਆ ਉਹ ਇੱਕ ਬੈਸਟ ਸ਼ੇਪ ਲਊਗੀ। ਕਿਉਂਕਿ ਰੀਜ਼ਨ ਕੀ ਆ, ਜਦੋਂ ਆਪਾਂ ਬਾਈਸੈਪ ਵੀ ਪੰਪ ਕਰਦੇ ਹਾਂ ਤਾਂ ਲੌਂਗ 'ਤੇ ਜਿਹੜਾ ਆ ਟ੍ਰਾਈਸੈਪ ਤੁਹਾਡਾ ਦਿਸਣਾ ਵਾ, ਠੀਕ ਆ। ਇਹ ਤੁਹਾਡੇ ਲਈ ਵੀਡੀਓ ਜਿਹੜੀ ਆ ਤਿਆਰ ਕੀਤੀ ਆ, ਇਹਨੂੰ ਆਪਣੇ ਵਰਕਆਊਟ ਦੇ ਵਿੱਚ ਤੁਸੀਂ ਐਡ ਕਰ ਸਕਦੇ ਹਾਂ, ਠੀਕ ਆ। ਇਹਨਾਂ ਮਸਲਾਂ ਨੂੰ ਕਰੋ ਟ੍ਰੇਨ, ਠੀਕ ਆ। ਜੇ ਕੋਈ ਵੀ ਕੁਐਸਚਨ ਹੈਗਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹਾਂ, ਯੂਟਿਊਬ ਦੇ ਥੱਲੇ ਕਮੈਂਟ ਵੀ ਕਰ ਸਕਦੇ ਹਾਂ, ਠੀਕ ਹੈ ਜੀ। ਅਤੇ ਇਹਦੇ ਵਿੱਚ ਹੀ ਇੱਕ ਵੀਡੀਓ ਮੇਰੀ ਹੋਰ ਹੈਗੀ ਅਪਲੋਡ, ਟ੍ਰਾਈਸੈਪ ਦੇ ਵਿੱਚ ਹੀ ਬੋਡੀ ਵੇਟ ਵਰਕਆਊਟ, ਕਿ ਜੇ ਤੁਸੀਂ ਬਾਹਰ ਹੈਗੇ ਤਾਂ ਬੋਡੀ ਵੇਟ ਦੇ ਵਿੱਚ ਵਰਕਆਊਟ ਕਰ ਸਕਦੇ ਹਾਂ, ਉਹ ਵੀ ਤੁਸੀਂ ਦੇਖ ਸਕਦੇ ਹਾਂ। ਓਕੇ ਜੀ, ਥੈਂਕ ਯੂ। ਬਾਈਸੈਪ ਜਿਹੜਾ ਹੈਗਾ ਆ ਓਵਰਆਲ ਆਪਾਂ ਅੱਜ ਰਿਕਵਰ ਕਰਾਂਗੇ, ਉਹਦੀਆਂ 3 ਐਕਸਰਸਾਈਜ਼ਾਂ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ। ਉਹਦੀ ਐਕਸਰਸਾਈਜ਼ ਸਟਾਰਟ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਇਹਦੇ ਬਾਰੇ ਆਪਾਂ ਜਾਣ ਲਈਏ ਤਾਂ ਵਧੀਆ ਗੱਲ ਆ। ਪਿਛਲੀ ਵਾਰੀ ਇੱਕ ਮੈਂ ਵੀਡੀਓ ਕੀਤੀ ਹੋਈ ਆ ਔਲਰੇਡੀ ਟ੍ਰਾਈਸੈਪ 'ਤੇ, ਉਹਦੇ ਵਿੱਚ ਦੱਸਿਆ ਸੀਗਾ ਕਿ ਬਾਈਸੈਪ ਅਤੇ ਟ੍ਰਾਈਸੈਪ ਜਿਹੜੀ ਆਰਮ ਦਾ ਤੁਹਾਡਾ ਸਾਈਜ਼ ਆ ਉਹ ਜ਼ਿਆਦਾ ਟ੍ਰਾਈਸੈਪ ਜਿਹੜਾ ਆ ਉਹ ਡਿਪੈਂਡ ਕਰਦਾ ਆ ਕਿ ਆਰਮ ਦਾ ਸਾਈਜ਼ ਛੋਟਾ ਹੋਣਾ ਆ ਜਾਂ ਵੱਡਾ ਹੋਣਾ ਵਾ, ਠੀਕ ਹੈ। ਅਤੇ ਬਾਈਸੈਪ ਦੇ ਵੀ 3 ਮਸਲ ਹੈਗੇ ਆ, ਠੀਕ ਹੈ। ਨੋਰਮਲੀ ਜਿਹੜਾ ਆਪਣੀ ਜਿਹੜੀ ਗੋਲੀ ਦਿਸਦੀ ਆ ਇਹਨੂੰ ਬਰੋਕੀਆ ਹੀ ਬੋਲਦੇ ਆ, ਲੌਂਗ ਹੈਡ ਅਤੇ ਸ਼ੋਰਟ ਹੈਡ ਆ ਇਹਦਾ। ਲੌਂਗ ਹੈਡ ਜਿਹੜਾ ਆ ਆਊਟਸਾਈਡ 'ਤੇ ਆ ਅਤੇ ਸ਼ੋਰਟ ਹੈਡ ਜਿਹੜਾ ਆ ਇਨਸਾਈਡ 'ਤੇ ਆ, 3 ਮਸਲ ਹੁੰਦੇ ਆ। ਜਿਹੜਾ ਅੱਪਰ ਬਿਲਕੁਲ ਜਿਹੜੀ ਬੋਲ ਬਣਦੀ ਇਹਨੂੰ ਬਰੋਕੀਆਲਸ ਬੋਲਦੇ ਆ, ਠੀਕ ਹੈ। ਤੁਸੀਂ ਦੇਖੋਗੇ ਜੇ ਦੇਖਣਾ ਵੀ ਚਾਹੋ ਤਾਂ ਆਪਣੇ ਬਿਲਕੁਲ 2 ਉਂਗਲਾਂ ਬਾਈਸੈਪ ਦੇ ਵਿਚਾਲੇ ਰੱਖ ਕੇ ਕੰਟਰੈਕਟ ਕਰੋ, ਤੁਹਾਨੂੰ ਪਤਾ ਲੱਗ ਜੂਗਾ ਕਿ ਇਹਦੀਆਂ 2 ਜਿਹੜੀਆਂ ਆ ਮਸਲ ਇਹਦੇ ਬਣਦੇ ਆ, ਠੀਕ ਹੈ। ਆਪਾਂ ਸਭ ਤੋਂ ਪਹਿਲਾਂ ਕਰ ਰਹੇ ਹਾਂ ਟ੍ਰੇਨ ਅੰਦਰਲਾ ਮਸਲ ਜਿਹੜਾ ਆ, ਜਿਹੜਾ ਸ਼ੋਰਟ ਹੈਡ ਆ ਬਰੋਕੀਆ ਹੀ, ਸ਼ੋਰਟ ਹੈਡ ਜਿਹੜਾ ਆ ਉਹ ਆਪਾਂ ਅੱਜ ਕਰਦੇ ਹਾਂ। ਉਹਦੀ ਰੈਪੀਟੇਸ਼ਨ ਜੇ ਤੁਸੀਂ ਗੇਨ ਕਰ ਰਹੇ ਹਾਂ ਤਾਂ ਰੈਪੀਟੇਸ਼ਨ ਤੁਹਾਡੇ ਘੱਟ ਹੋਣੇ ਚਾਹੀਦੇ ਆ, ਜ਼ਿਆਦਾ ਰੈਪੀਟੇਸ਼ਨ ਨਾ ਲੈ ਕੇ ਜਾਓ। ਜੇ ਤੁਸੀਂ ਸ਼ੈਡਡ ਕਰ ਰਹੇ ਹਾਂ, ਬਹੁਤ ਸਾਰੀ ਫੈਟ ਹੈਗੀ ਆ ਬੋਡੀ ਦੇ ਵਿੱਚ, ਤਾਂ ਠੀਕ ਹੈ, ਕਾਫੀ ਰੈਪੀਟੇਸ਼ਨ ਤੁਸੀਂ ਲਗਾ ਸਕਦੇ ਹਾਂ, ਸੁਪਰ ਸੈੱਟ ਵੀ ਲਗਾ ਸਕਦੇ ਹਾਂ। ਬਟ ਆਪਾਂ ਅੱਜ ਗੱਲ ਕਰ ਰਹੇ ਹਾਂ ਗੇਨ ਦੀ, ਕਿ ਬਾਈਸੈਪ ਨੂੰ ਗੇਨ ਕਿੱਦਾਂ ਕਰਨਾ ਵਾ, ਠੀਕ ਹੈ ਜੀ। ਪਹਿਲੀ ਐਕਸਰਸਾਈਜ਼ ਆਪਾਂ ਲਾ ਰਹੇ ਹਾਂ, ਠੀਕ ਹੈ। ਇਨਕਲਾਈਨ ਬੈਂਚ ਲੈ ਲੈਣਾ ਵਾ, ਇਨਕਲਾਈਨ ਪੋਜੀਸ਼ਨ ਕਰ ਲੈਣੀ ਉਹਦੀ ਨੋਰਮਲੀ, ਜਿੱਥੇ ਆਪਣੀ ਕਹਿ ਸਕਦੇ ਹਾਂ ਕਿ ਆਪਾਂ ਚੈਸਟ ਲਗਾਉਂਦੇ ਹਾਂ ਇਨਕਲਾਈਨ ਚੈਸਟ, ਉੱਥੇ ਪੋਜੀਸ਼ਨ ਟੇਕ ਕਰ ਲੈਣੀ ਆ। ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਹੈਗਾ ਆ ਕਿ ਆਪਣੀ ਸਟਰੈਂਥ ਦੇ ਅਕੋਰਡਿੰਗ, ਜਿੰਨੀ ਤੁਹਾਡੀ ਸਟਰੈਂਥ ਹੈਗੀ ਆ ਉਹਦੇ ਅਕੋਰਡਿੰਗ ਆਪਣਾ ਵੇਟ ਜਿਹੜਾ ਆ ਲਿਫਟ ਕਰ ਲਓ, ਠੀਕ ਹੈ। ਵੇਟ ਲਿਫਟ ਕਰਕੇ ਬਿਲਕੁਲ ਲੌਕ ਕਰ ਲੈਣੀ ਆਰਮ ਸਾਈਡ 'ਤੇ,
ਥੋੜ੍ਹਾ ਜਿਹਾ ਆਊਟ ਰੱਖਣਾ ਵਾ। ਜਦੋਂ ਆਊਟ ਰੱਖੋਗੇ ਤਾਂ ਜਿਹੜਾ ਬਾਈਸੈਪ ਦਾ ਅੰਦਰਲਾ ਹਿੱਸਾ ਆ ਉਹ ਤੁਹਾਡਾ ਟਾਰਗੇਟ ਹੋਊਗਾ। ਠੀਕ ਹੈ ਜੀ, ਰੈਪੀਟੇਸ਼ਨ ਲਗਾ ਰਹੇ ਹਾਂ ਆਪਾਂ, 8 ਰੈਪੀਟੇਸ਼ਨ ਲਗਾ ਰਹੇ ਹਾਂ ਇਹਦੇ ਨਾਲ। ਜੇ ਤੁਸੀਂ ਚਾਹੋ ਤਾਂ ਇਹ ਦੋਨੇ ਇਕੱਠੇ ਵੀ ਟ੍ਰੇਨ ਕਰ ਸਕਦੇ ਹਾਂ, ਜੇ ਅਲਟਰਨੇਟਿਵ ਕਰਨਾ ਚਾਹੋ ਤਾਂ ਅਲਟਰਨੇਟਿਵ ਕਰ। ਠੀਕ ਹੈ ਜੀ, 8 ਰੈਪੀਟੇਸ਼ਨ ਇਹਦੇ ਲਗਾਉਣੇ ਆ, ਉਸ ਤੋਂ ਬਾਅਦ ਰੈਸਟ ਲੈਣੀ ਆ, ਫਿਰ ਇਹਨੂੰ 3-4 ਰਿਪੀਟ ਕਰਨਾ ਵਾ ਜਿਸ ਤਰ੍ਹਾਂ ਦਾ ਤੁਹਾਡਾ ਸ਼ਡਿਊਲ ਹੈਗਾ। 3 ਸੈੱਟ ਲਗਾ ਰਹੇ ਹਾਂ, 3-4 ਸੈੱਟ ਲਗਾ ਰਹੇ ਹਾਂ, 4। ਠੀਕ ਹੈ ਜੀ, ਇਹ ਸੀਗਾ ਪਹਿਲਾਂ ਕਿ ਜਿਹੜਾ ਅੰਦਰਲਾ ਮਸਲ ਤੁਹਾਡਾ ਜਿਹੜਾ ਆ ਉਹ ਟ੍ਰੇਨ ਹੋਇਆ ਵਾ ਬਾਈਸੈਪ ਦੇ ਅੰਦਰਲਾ ਹਿੱਸਾ, ਜਿਹਨੂੰ ਆਪਾਂ ਬ੍ਰੋਕੀਆ ਸ਼ਾਰਟ ਹੈਡ ਬੋਲਦੇ ਹਾਂ। ਠੀਕ ਹੈ ਫਰੈਂਡਸ, ਪਹਿਲਾਂ ਆਪਾਂ ਲਗਾਈ ਸੀਗੀ ਜਿਹੜਾ ਸ਼ਾਰਟ ਹੈਡ ਸੀਗਾ ਉਹ ਟ੍ਰੇਡ ਕੀਤਾ ਆ, ਬਟ ਹੁਣ ਇਹਦੇ ਵਿੱਚ ਕੀ ਆ, ਲੌਂਗ ਅਤੇ ਸ਼ਾਰਟ ਦੋਨੋਂ ਹੀ ਟ੍ਰੇਨ ਹੋਣੇ ਆ। ਠੀਕ ਆ, ਕੀ ਹੈਗਾ ਕਿ ਬਿਟਕੋ ਵੇਟਡ ਵਾਰਬਲ ਹੈਗੀ ਆ, ਰੋਡ ਹੈਗੀ ਆ, ਜੇ ਤੁਹਾਡੇ ਕੋਲ ਨਹੀਂ ਹੈਗੀ ਤੁਸੀਂ ਨੋਰਮਲ ਜਿਹੜੀ ਵਾਰਬਲ ਆ ਉਹ ਵੀ ਯੂਜ਼ ਕਰ ਸਕਦੇ ਹਾਂ। ਠੀਕ ਆ, ਗ੍ਰਿਪ ਕੀ ਆ ਆਪਣੇ ਸ਼ੋਲਡਰ ਦੇ ਅਕੋਰਡਿੰਗ, ਜਿੱਥੇ ਤੁਹਾਡਾ ਬਿਲਕੁਲ ਆਉਂਦਾ ਵਾ ਉਹਦੇ ਅਕੋਰਡਿੰਗ ਨੋਰਮਲ ਗ੍ਰਿਪ ਅਚੀਵ ਕਰ ਲੈਣਾ ਵਾ। ਠੀਕ ਆ, ਅਤੇ ਸਕੁਈਜ਼ ਕਰਨਾ ਉੱਪਰ ਜਾ ਕੇ ਪੂਰਾ ਸਲੋ ਡਾਊਨ ਲੈ ਕੇ ਆਉਣਾ। ਠੀਕ ਹੈ ਜੀ, 8-10 ਰੈਪੀਟੇਸ਼ਨ ਤੁਸੀਂ ਇਹਦੇ ਵੀ ਲਗਾਉਣੇ ਆ। ਠੀਕ ਹੈ ਜੀ, ਇਹ ਹੈਗੇ ਦੋਨੇ ਆਪਣੇ ਜਿਹੜੇ ਆ ਬਾਈਸੈਪ ਦੇ ਮਸਲ, ਦੋਨੇ ਟ੍ਰੇਨ ਹੋ ਗਏ ਆ। ਵੈਸੇ ਤਾਂ ਪ੍ਰਾਇਮਰੀ ਮਸਲ ਵੀ ਨਾਲ ਬ੍ਰੋਕੀ ਵਾਲੇ ਵੀ ਜਿਹੜਾ ਆ ਬਾਹਰਲਾ ਮਸਲ ਆ ਜਿਹੜਾ ਉੱਪਰ ਜਿਹੜੀ ਬੋਲ ਬਣਦੀ ਆ ਉਹ ਵੀ ਟ੍ਰੇਨ ਹੋ ਰਿਹਾ ਵਾ, ਬਟ ਆਪਾਂ ਇਹਨੂੰ ਪ੍ਰੋਪਰ ਜਿਹੜਾ ਟ੍ਰੇਨ ਕਰਨਾ ਆ ਇਹਦਾ ਇੱਕ ਅਲੱਗ ਸੈੱਟ ਹੈਗਾ ਆ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲਗਾਉਣੇ ਵੀ ਹੋਵੋਗੇ ਤੁਸੀਂ ਪਹਿਲਾਂ, ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਕਿ ਉਹਦਾ ਕੰਮ ਕੀ ਹੈਗਾ, ਆਪਾਂ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਠੀਕ ਫਰੈਂਡਸ, ਆਪਾਂ 2 ਐਕਸਾਈਆਂ ਲਾਈਆਂ ਵਾ, ਹੁਣ ਤੁਹਾਨੂੰ ਦੱਸਿਆ ਕਿ ਬ੍ਰੋਕੀ ਐਲਸ ਜਿਹੜਾ ਅੱਪਰ ਮਸਲ ਆ ਗੋਲੀ ਦਾ ਉਹ ਆਪਾਂ ਟ੍ਰੇਨ ਕਰ ਰਹੇ ਹਾਂ। ਇਹ ਟ੍ਰੇਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਰੀਜ਼ਨ ਆਫ ਕੀ ਆ ਕਿ ਤੁਹਾਡੀ ਜਿਹੜੀ ਬਾਈਸੈਪ ਦੀ ਸ਼ੇਪ ਆ, ਜੇ ਬਾਈਸੈਪ ਤੁਹਾਡਾ ਵਧੀਆ ਦਿਸ ਰਿਹਾ ਵਾ ਗੋਲ ਸ਼ੇਪ 'ਚ, ਤਾਂ ਉਹਦਾ ਰੀਜ਼ਨ ਹੈਗਾ ਆ ਇਹ ਜਿਹੜਾ ਸੈੱਟ ਆ, ਜੇ ਇਸ ਮਸਲ ਨੂੰ ਤੁਸੀਂ ਟ੍ਰੇਨ ਕਰਦੇ ਆ ਤਾਂ ਫਿਰ ਵਧੀਆ ਦਿਸੂਗਾ। ਅਤੇ ਇਹਦਾ ਆਪਾਂ ਲਾ ਰਹੇ ਹਾਂ ਕੰਸਨਟ੍ਰੇਸ਼ਨ ਕਰਲ ਬੋਲਦੇ ਹਨ, ਡੰਬਲ ਆਪਣੀ ਸਟਰੈਂਥ ਦੇ ਅਕੋਰਡਿੰਗ ਜਿੰਨਾ ਵੀ ਵੇਟ ਤੁਸੀਂ ਲਿਫਟ ਕਰਨਾ ਹੈ ਕਰ ਲਓ। ਬਿਲਕੁਲ ਤੁਹਾਡਾ ਐਲਬੋ ਜਿਹੜੀ ਹੈਗੀ ਆ ਨੀ ਤੋਂ ਥੋੜ੍ਹਾ ਜ਼ਿਆਦਾ ਸਾਈਡ 'ਤੇ ਰੱਖਣੀ ਆ, ਇਨਗ੍ਰਿਪ ਕਰਕੇ ਥੋੜ੍ਹਾ ਇਨਗ੍ਰਿਪ ਇਨਵਰਡ ਲੈ ਕੇ ਆਉਣਾ ਵਾ, ਯਾਨੀ ਕਿ ਆਪਣੀ ਚੈਸਟ ਦੀ ਤਰਫ। ਠੀਕ ਹੈ ਜੀ, ਇਹਦੇ ਵੀ 8 ਰੈਪੀਟੇਸ਼ਨ ਲਗਾਉਣੇ ਆ। ਕਿਤੇ ਦੂਸਰੀ ਸਾਈਡ 'ਤੇ ਫਰੈਂਡਸ, ਇਹ ਸੀਗੀਆਂ ਅੱਜ ਦੀਆਂ ਜਿਹੜੀਆਂ 3 ਐਕਸਾਈਆਂ ਸੀਗੀਆਂ ਜਿਹੜੀਆਂ ਤੁਹਾਡੇ ਨਾਲ ਮੈਂ ਸ਼ੇਅਰ ਕੀਤੀਆਂ ਵਾ। ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੀਆਂ ਅਤੇ ਤੁਸੀਂ ਆਪਣੇ ਵਰਕਆਊਟ ਸ਼ਡਿਊਲ ਦੇ ਵਿੱਚ ਇਹਨਾਂ ਨੂੰ ਐਡ ਕਰ ਸਕਦੇ ਹਾਂ। ਜੇ ਕੋਈ ਵੀ ਤੁਹਾਨੂੰ ਨਾ ਪਤਾ ਲੱਗਾ ਹੋਵੇ ਜਾਂ ਕੁਛ ਹੋਰ ਕੁਐਸਚਨ ਹੋਵੇ ਤੁਸੀਂ ਮੈਨੂੰ ਇੰਸਟਾਗ੍ਰਾਮ ਫੇਸਬੁੱਕ 'ਤੇ ਮੈਸੇਜ ਕਰ ਸਕਦੇ ਹਾਂ, ਫਿਟਨੈਸ ਢਿੱਲੋਂ ਦੇ ਨਾਮ 'ਤੇ ਮੇਰਾ ਦੋਨੇ ਸੋਸ਼ਲ ਅਕਾਊਂਟ ਹੈਗੇ ਆ।
ਅਤੇ ਮੈਨੂੰ ਜੇ ਹਾਲ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਤਾਂ ਸਬਸਕ੍ਰਾਈਬ ਕਰੋ। ਵਾਈ ਵੀ ਨੀਡ ਟ੍ਰੇਨ ਫੋਰ ਆਰ ਮਸਲਸ। Three muscles of type flexor, extensor and third one brachialis. ਇਸ ਬਾਰੇ ਅਸੀਂ ਜਾਣਕਾਰੀ ਦੇਵਾਂਗੇ ਫੁੱਲੀ ਕਿ ਕਿਉਂ ਟ੍ਰੇਨ ਕਰਨੇ ਜ਼ਰੂਰੀ ਹੈ ਤੁਹਾਨੂੰ, ਅਤੇ ਇਹਦੀ ਆਪਾਂ ਸ਼ੁਰੂਆਤ ਕਰਾਂਗੇ ਕੁਛ ਐਕਸਰਸਾਈਜ਼ ਤੋਂ। ਪਰ ਉਸ ਤੋਂ ਪਹਿਲਾਂ ਆਪਾਂ ਇਸ ਚੀਜ਼ ਬਾਰੇ ਥੋੜ੍ਹਾ ਕਲੀਅਰ ਕਰ ਲਈਏ ਕਿ ਜਿਹੜੇ ਫੋਰਆਰਮ ਦੇ ਮਸਲਸ ਹੈਗੇ ਆ ਤੁਹਾਡੇ ਹਰੇਕ ਵਰਕਆਊਟ ਦੇ ਵਿੱਚ ਜ਼ਰੂਰੀ ਹੈਗੇ ਆ, ਬਹੁਤ ਇੰਪੋਰਟੈਂਸ ਰੱਖਦੇ ਆ ਕਿ ਜਦੋਂ ਵੀ ਤੁਸੀਂ ਕੋਈ ਵੀ ਬਾਈਸੈਪ ਕਰ ਰਹੇ ਹੋ, ਟ੍ਰਾਈਸੈਪ ਕਰ ਰਹੇ ਹੋ, ਕਿਸੇ ਵੀ ਮਸਲ ਨੂੰ ਟ੍ਰੇਨ ਕਰ ਰਹੇ ਆ, ਤਾਂ ਨੀਡ ਹੈਗੀ ਆ ਤੁਹਾਨੂੰ ਫੋਰਆਰਮ ਦੀ। ਜਿਹੜੀ ਇੰਜਰੀ ਹੋ ਰਹੀ ਆ ਤੁਹਾਡੀ ਉਹ ਸਟਾਰਟਿੰਗ ਦੇ ਵਿੱਚ ਜਾਂ ਇੱਥੋਂ ਹੋ ਰਹੀ ਆ, ਜਦੋਂ ਤੁਹਾਡਾ ਬੈਲੈਂਸ ਵਿਗੜ ਰਿਹਾ ਆ, ਜੇ ਕਹਿ ਲਈਏ ਇੱਕ ਡਾਇਨਾਮਿਕ ਬੈਲੈਂਸ ਇੱਕ ਨਹੀਂ ਪ੍ਰੋਪਰ ਬਣ ਰਿਹਾ ਹੈਗਾ, ਤਾਂ ਉਹ ਤੁਹਾਡੀ ਫੋਰਆਰਮ ਡਿਸਾਈਡ ਕਰੂਗੀ ਕਿ ਇਹਦੇ ਵਿੱਚ ਕਿਹੜਾ ਤੁਹਾਡਾ ਡਾਇਨਾਮਿਕ ਜਿਹੜਾ ਹੈਗਾ ਆ ਬੈਲੈਂਸ ਉਹ ਸਹੀ ਰਹਿਣਾ ਵਾ। ਡਾਇਨਾਮਿਕ ਬੈਲੈਂਸ ਦੇ ਤੁਹਾਨੂੰ ਥੋੜ੍ਹੀ ਡਿਟੇਲ ਹੋਰ ਕਿਸੇ ਵੀਡੀਓ 'ਚ ਦੇਵਾਂਗੇ। ਫਿਲਹਾਲ ਅੱਜ ਦੀ ਰਿਕਵਰਿੰਗ ਕਰ ਰਹੇ ਹਾਂ ਆਪਾਂ ਫੋਰਆਰਮ ਮਸਲ ਦੀ।